ਅੱਜ ਦੇ ਵੀਡੀਓ 'ਚ ਮੈਂ ਗੱਲ ਕਰਨ ਜਾ ਰਿਹਾ ਕਿ ਸ਼ੇਅਰ ਚੈਟ ਵੱਲੋਂ ਮੈਨੂੰ ਜਿਹੜਾ ਗਿਫਟ ਬਾਕਸ ਜਿਹੜਾ ਆਇਆ ਹੋਇਆ ਆ ਟੈਬਲੇਟ ਇਸ ਦੀ ਆਪਾਂ ਅਨਬਾਕਸਿੰਗ ਕਰਾਂਗੇ ਕਿ ਦੇਖਾਂਗੇ ਕਿ ਕਿਹੋ ਜਿਹੇ ਜਿਹੜੇ ਸਪੈਸੀਫਿਕੇਸ਼ਨ ਇਸ ਟੈਬਲੇਟ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਹਨ ਜਿਹੜੇ ਸ਼ੇਅਰ ਚੈਟ ਵੱਲੋਂ ਫ੍ਰੀ ਆਫ ਪੋਸਟ ਮੈਨੂੰ ਜਿਹੜਾ ਗਿਫਟ ਆਇਆ ਹੋਇਆ ਆ ਵੀਡੀਓ ਨੂੰ ਲਾਸਟ ਤੱਕ ਜਰੂਰ ਵਾਚ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜੋ ਕਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਨੂੰ ਸ਼ੇਅਰ ਚੈਟ ਦੇ ਵੱਲੋਂ ਟੈਬਲੇਟ ਕਿਉਂ ਮਿਲਿਆ ਕਿਉਂਕਿ ਕਈ ਯੂਜ਼ਰ ਨੂੰ ਨਹੀਂ ਪਤਾ ਹੋ ਸਕਦਾ ਕਿ ਸ਼ੇਅਰ ਚੈਟ ਤੇ ਇੱਕ ਕੰਪੀਟੀਸ਼ਨ ਚੱਲ ਰਿਹਾ ਸੀ ਜਿਸ ਦੇ ਵਿੱਚ ਮੈਂ ਸੈਕੰਡ ਬਿਨਰ ਬਣਿਆ ਸੀ ਸੈਕੰਡ ਬਿਨਰ ਨੂੰ ਤੁਸੀਂ ਦੇਖ ਸਕਦੇ ਹੋ نیچے ਲਿਖਿਆ ਹੋਇਆ ਹੈ ਕਿ ਟੈਬਲੇਟ ਜਿੱਤਣ ਦਾ ਜਿਹੜਾ ਮੌਕਾ ਮਿਲ ਸਕਦਾ ਹੈ ਸੈਕੰਡ ਬਿਨਰ ਨੂੰ ਇਸ ਲਈ ਮੈਂ ਸੈਕੰਡ ਬਿਨਰ ਬਣਿਆ ਸੀ ਜਿਸ ਕਰਕੇ ਮੈਨੂੰ ਸ਼ੇਅਰ ਚੈਟ ਦੇ ਵੱਲੋਂ ਟੈਬਲੇਟ ਜਿਹੜਾ ਫ੍ਰੀ ਆਫ ਕੋਸਟ ਜਿਹੜਾ ਆ ਅਵੇਲੇਬਲ ਹੋਇਆ ਹੈ ਕੁਝ ਇਸ ਪ੍ਰਕਾਰ ਦੀ ਜਿਹੜੀ ਸਾਨੂੰ ਪੈਕੇਜਿੰਗ ਦੇਖਣ ਨੂੰ ਮਿਲ ਜਾਂਦੀ ਹੈ Amazon ਦੇ ਵੱਲੋਂ ਹੁਣ ਆਪਾਂ ਗੱਲ ਕਰਦੇ ਹਾਂ ਜਲਦੀ ਜਲਦੀ ਬਾਕਸ ਨੂੰ ਓਪਨ ਕੁਝ ਇਸ ਪ੍ਰਕਾਰ ਦਾ ਸਾਨੂੰ ਬਾਕਸ ਦੇਖਣ ਨੂੰ ਮਿਲ ਜਾਂਦਾ ਟੈਬ A ਦੀ ਬ੍ਰਾਂਡਿੰਗ ਦੇ ਨਾਂ ਤੋਂ ਸਾਈਡ ਪੰਨਾਂ ਦੀ ਗੱਲ ਕਰੀਏ ਸਾਈਡ ਪੰਨਾਂ 'ਤੇ ਸੈਮਸੰਗ ਗੈਲੈਕਸੀ ਟੈਬ A ਤੇ ਬੈਕ ਸਾਈਡ 'ਤੇ ਸਾਨੂੰ ਕੁਝ ਸਪੈਸੀਫਿਕੇਸ਼ਨ ਜਿਹੜੇ ਹਾਈਲਾਈਟ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਇਸ ਨੂੰ ਆਪਾਂ ਸਾਈਡ 'ਤੇ ਲੱਗਦੇ ਤਾਂ ਬਾਕਸ ਦੇ ਵਿੱਚ ਹੋਰ ਦੇਖਦੇ ਸਾਨੂੰ ਕੀ ਮਿਲਦਾ ਬਾਕਸ ਵਿੱਚ ਇੱਕ ਸਾਨੂੰ ਬਿੱਲ ਮਿਲਦਾ ਜਿਹੜਾ ਤੁਹਾਨੂੰ ਲਾਸਟ ਤੇ ਦੱਸੂਗਾ ਕਿ ਮੈਨੂੰ ਕਿਸ ਪ੍ਰਾਈਸ ਤੇ ਜਿਹੜਾ ਗਿਫਟ ਬਾਕਸ ਸ਼ੇਅਰ ਚੜ ਦੇ ਵੱਲੋਂ ਮਿਲਿਆ ਹੋਇਆ ਆ ਤੇ ਹੁਣ ਆਪਾਂ ਕਰਦੇ ਆ ਇਸ ਦੀ ਅਨਬਾਕਸਿੰਗ ਕੁਝ ਇਸ ਪ੍ਰਕਾਰ ਦੇ ਜਿਹੜਾ ਸਾਨੂੰ Samsung Galaxy Tab ਇਹ ਦੇਖਣ ਨੂੰ ਮਿਲ ਜਾਂਦਾ ਹੈ ਜੇਕਰ ਇਸ ਨੂੰ ਸਾਈਡ ਤੇ ਰੱਖ ਕੇ ਕੁਝ ਹੋਰ ਐਕਸੈਸਰੀ ਦੀ ਗੱਲ ਕਰੀਏ ਜਿਵੇਂ Type C ਡਾਟਾ ਕੇਬਲ ਦੇਖਣ ਨੂੰ ਮਿਲ ਜਾਂਦੀ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਤੇ ਉਸ ਤੋਂ ਬਾਅਦ ਜੇਕਰ ਮੈਂ ਚਾਰਜਰ ਦੀ ਗੱਲ ਕਰਾਂ ਤਾਂ ਸਾਨੂੰ 7.5 ਵੋਲਟ ਦਾ ਜਿਹੜਾ ਚਾਰਜਰ ਮਿਲ ਜਾਂਦਾ ਹੈ ਜੋ ਕਿ ਫਾਸਟ ਚਾਰਜਰ ਨਹੀਂ ਹੈ ਤੁਸੀਂ ਸਪੈਸ਼ਲੀ ਜਿਹੜਾ ਵਾਈ ਕਰ ਸਕਦੇ ਆ ਜੇਕਰ ਤੁਸੀਂ ਫਾਸਟ ਚਾਰਜਿੰਗ ਕਰਨਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਜੇਕਰ ਮੈਂ ਬਾਕਸ ਨੂੰ ਓਪਨ ਕਰਾਂ ਤਾਂ SIM ਇਜੈਕਟਰ ਟੂਲ ਮਿਲ ਜਾਂਦਾ ਜਿਸ ਦੀ ਮਦਦ ਨਾਲ ਤੁਸੀਂ ਸੇਮ ਬਾਕਸ ਨੂੰ ਜਿਹੜਾ ਓਪਨ ਕਰ ਸਕਦੇ ਹੋ نیچے ਜੇਕਰ ਮੈਂ ਬਾਕਸ ਨੂੰ ਓ ਗੰਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਯੂਜ਼ਰ ਮੈਨੂਅਲ ਕਿੱਟ ਤੇ ਸਾਨੂੰ ਵਾਰੰਟੀ ਕਾਰਡ ਦੇਖਣ ਨੂੰ ਮਿਲ ਜਾਂਦਾ ਹੈ ਰੀਡ ਕਰ ਸਕਦੇ ਹੋ ਤੁਸੀਂ ਤੇ ਕੁਝ ਵੀ ਜਿਹੜਾ ਬਾਕਸ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ ਲਾਸਟ ਤੇ ਫਾਈਨਲ ਆਈਟਮ ਦੀ ਗੱਲ ਕਰਾਂ ਤਾਂ ਸਾਨੂੰ Samsung Galaxy Tab ਹੈ ਕੁਝ ਇਸ ਪ੍ਰਕਾਰ ਦਾ ਜਿਹੜਾ 블랙 ਫਿਨਿਸ਼ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਆ ਜੇਕਰ ਮੈਂ ਸਕਰੀਨ ਰੇਸ਼ੋ ਦੀ ਗੱਲ ਕਰਾਂ ਤਾਂ 10.1 ਇੰਚਸ ਦੀ ਜਿਹੜੀ ਸਾਨੂੰ HD+ ডিসਪਲੇ ਜਿਹੜੀ ਆ ਦੇਖਣ ਨੂੰ ਮਿਲ ਜਾਂਦੀ ਆ ਬੈਕ ਕੈਮਰਾ ਪਰਫਾਰਮੈਂਸ ਦੀ ਗੱਲ ਕਰਾਂ ਤਾਂ 8 ਮੈਗਾਪਿਕਸਲ ਦਾ ਸਾਨੂੰ ਕੈਮਰਾ ਦੇਖਣ ਨੂੰ ਮਿਲ ਜਾਂਦਾ ਤੇ ਜੇਕਰ ਆਪਾਂ ਫਰੰਟ ਕੈਮਰਾ ਦੀ ਗੱਲ ਕਰਾਂ ਤਾਂ 5 ਮੈਗਾਪਿਕਸਲ ਜਿਹੜਾ ਸੈਲਫੀ ਕੈਮਰਾ ਦੇਖਣ ਨੂੰ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਈਡ ਪੈਨਲ ਦੀ ਗੱਲ ਕਰਾਂ ਤਾਂ ਸੇਮ ਅਜੈਕਟਡ ਟੂਲ volume ਬਟਨ ਤੇ ਪਾਵਰ ਆਨ ਆਫ ਦਾ ਬਟਨ ਜੇਕਰ ਮੈਂ نیچے ਦੀ ਸਾਈਡ ਗੱਲ ਕਰਾਂ ਤਾਂ ਸਾਨੂੰ 2 ਸਪੀਕਰ ਤੇ USB ਕੇਬਲ ਦੇਖਣ ਨੂੰ ਮਿਲ ਜਾਂਦੀ ਆ ਦੂਸਰੀ ਸਾਈਡ ਗੱਲ ਕਰਾਂ ਤਾਂ ਨੀਟ ਐਂਡ ਕਲੀਨ ਦੇਖਣ ਨੂੰ ਮਿਲ ਜਾਂਦਾ ਉੱਪਰਲੀ ਸਾਈਡ ਗੱਲ ਕਰਾਂ ਤਾਂ ਸਾਨੂੰ ਹੈੱਡਫੋਨ ਜੈਕ ਜਿਹੜਾ ਦੇਖਣ ਨੂੰ ਮਿਲ ਜਾਂਦਾ ਆ ਸਮਾਰਟਫੋਨ ਵਿੱਚ ਜੇਕਰ ਮੈਂ ਪ੍ਰੋਸੈਸਰ ਤੇ ਸਟੋਰੇਜ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਸਾਨੂੰ Exynos 7904 ਜਿਹੜਾ ਪ੍ਰੋਸੈਸਰ ਦੇਖਣ ਨੂੰ ਮਿਲ ਜਾਂਦਾ ਵਿਦ 2GB RAM ਐਂਡ 32GB ਜਿਹੜੀ ਸਟੋਰੇਜ ਦੇ ਨਾਲ ਦੇਖਣ ਨੂੰ ਸਾਨੂੰ ਮਿਲ ਜਾਂਦਾ ਆ ਟੈਬਲੇਟ ਵਿੱਚ ਜੇਕਰ ਮੈਂ ਸੌਫਟਵੇਅਰ ਇਨਫੋਰਮੇਸ਼ਨ ਦੀ ਗੱਲ ਕਰਾਂ ਤਾਂ ਐਂਡਰੋਇਡ 9 ਪਾਈ ਤੇ ਜਿਹੜਾ ਇਹ ਬੇਸ ਹਾ ਤੇ ਬੈਟਰੀ ਪਰਫਾਰਮੈਂਸ ਦੀ ਜੇਕਰ ਗੱਲ ਕਰੀਏ ਤੇ 450mAh ਦੀ ਜਿਹੜੀ ਤੁਹਾਨੂੰ ਲੌਂਗ ਬੈਟਰੀ ਜਿਹੜੀ ਦੇਖਣ ਨੂੰ ਮਿਲ ਜਾਂਦੀ ਹੈ ਬਟ ਇਹਦੇ ਨਾਲ ਜਿਹੜਾ 7.5W ਦਾ ਜਿਹੜਾ ਚਾਰਜਰ ਮਿਲਦਾ ਜਿਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਜਿਹੜਾ ਚਾਰਜ ਕਰਨ ਵਿੱਚ ਲੱਗ ਸਕਦਾ ਹੈ ਲਾਸਟ ਤੇ ਫਾਈਨਲ ਜੇਕਰ ਮੈਂ ਪ੍ਰਾਈਸ ਦੀ ਗੱਲ ਕਰਾਂ ਤਾਂ ਬਾਕਸ ਤੇ ਤੁਹਾਨੂੰ 21500 ਜਿਹੜੇ ਰੁਪੀਸ ਦੇਖਣ ਨੂੰ ਮਿਲ ਜੂਗੇ ਬਟ ਐਕਚੁਅਲ ਜਿਹੜਾ ਇਹਦਾ ਪ੍ਰਾਈਸ ਤੁਹਾਨੂੰ ਆਨਲਾਈਨ ਸਟੋਰ ਤੇ 19000 ਦੇਖਣ ਨੂੰ ਜਿਹੜਾ ਮਿਲ ਜਾਂਦਾ ਆ ਜੇਕਰ ਮੈਂ ਹੌਨੈਸਟਲੀ ਰਿਵਿਊ ਕਰਾਂ ਤਾਂ ਕਿਸ ਪਰਸਨ ਲਈ ਹੈ ਤੇ ਕਿਸ ਪਰਸਨ ਲਈ ਨਹੀਂ ਹੈ ਜੇਕਰ ਤੁਸੀਂ ਡੇਲੀ ਲਾਈਫ ਲਈ ਜੇਕਰ ਤੁਹਾਨੂੰ ਚਾਹੀਦਾ ਆ ਤੁਸੀਂ ਇਸ ਨੂੰ ਕੈਰੀ ਕਰਨਾ ਬਹੁਤ ਹੀ ਔਖਾ ਹੋ ਜਾਊਗਾ ਜੇਕਰ ਤੁਸੀਂ ਟਰੈਵਲਿੰਗ ਲਈ ਯੂਜ਼ ਕਰਨਾ ਚਾਹੁੰਦੇ ਆ ਹੋਮ ਜੂਸ ਲਈ ਇਹ ਬਹੁਤ ਹੀ ਜਿਹੜਾ ਬੈਨੀਫਿਟ ਟੈਬਲੇਟ ਆ ਜਿਸ ਦਾ ਸਕਰੀਨ ਸਾਈਜ਼ ਜਿਹੜਾ ਆ ਜਿਆਦਾ ਹੋਣ ਕਰਕੇ ਤੁਸੀਂ ਵੀਡੀਓ ਐਚਡੀ ਵੀਡੀਓ YouTube ਵੀਡੀਓ ਜਾਂ ਗੇਮਿੰਗ ਐਕਸਪੀਰੀਅੰਸ ਜਿਹੜਾ ਆ ਬਹੁਤ ਵਧੀਆ ਜਿਹੜਾ ਇਸ ਤੇ ਇੰਜੋਏ ਕਰ ਸਕਦੇ ਆ ਇਸ ਲਈ ਜੇਕਰ ਤੁਸੀਂ ਡੇਲੀ ਹੋਮ ਯੂਸ ਲਈ ਲੈਣਾ ਚਾਹੁੰਦੇ ਤਾਂ ਬਹੁਤ ਹੀ ਜਿਹੜਾ ਬੈਨੀਫਿਟ ਹੋ ਸਕਦਾ ਤਾਂ ਡੇਲੀ ਇਹ ਟੈਬਲੇਟ ਨੂੰ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜੋ ਕਰ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ